biggest South Asian media group, Y Media. All over India ਦੇ ਵਿੱਚ ਹਰੇਕ ਸਿਟੀ ਦੇ ਵਿੱਚ ਮੌਨਸੂਨ ਦੀ ਕਹਿਰ ਜਿਹੜੀ ਹੈਗੀ ਆ ਚੱਲਦੀ ਪਈ ਹੈਗੀ ਆ। ਕਿਤੇ ਲੈਂਡਸਲਾਈਡਸ ਹੋ ਰਹੀਆਂ, ਹਿਮਾਚਲ 'ਚ ਅੱਜ ਖਬਰਾਂ ਨਿਕਲ ਕੇ ਆ ਰਹੀਆਂ ਕਿ ਉੱਥੇ ਬਹੁਤ ਜਿਹੜੇ ਹੈਗੇ ਬੱਦਲ ਬਰਸਟ ਹੋਏ ਆ। ਕੇਦਾਰਨਾਥ, ਉੱਤਰਾਖੰਡ ਦੇ ਵਿੱਚ ਬੁਰਾ ਹਾਲ ਹੈ। ਈਵਨ ਵਾਇਨਾਡ ਦੀ ਅਸੀਂ ਕੱਲ੍ਹ ਜਿਹੜੀ ਹੈਗੀ ਆ ਪੂਰੀ ਕਵਰੇਜ ਕੀਤੀ ਸੀ। ਵਾਇਨਾਡ ਦੇ ਵਿੱਚ ਲੈਂਡਸਲਾਈਡ ਕਰਕੇ CM ਸਾਹਿਬ ਨੇ ਇਹ ਵੀ ਕਿਹਾ, ਕੇਰਲਾ ਦੇ CM ਸਾਹਿਬ ਨੇ ਇਹ ਵੀ ਗੱਲ ਕੀਤੀ ਆ। ਅਨਫੋਰਚੁਨੇਟਲੀ ਉਹਨਾਂ ਨੇ ਕਿਹਾ ਕਿ ਨੋਬਡੀ ਇਜ਼ ਲੈਫਟ ਫੋਰ ਸੇਵਿੰਗ ਦ ਲਾਈਵਸ। ਉਹਨਾਂ ਨੇ ਆਹ ਗੱਲ ਕੀਤੀ ਹੈਗੀ ਹੈ ਅਤੇ ਬਹੁਤ ਵੱਡੀ ਟ੍ਰੈਜਡੀ ਵਾਇਨਾਡ ਕੇਰਲਾ ਦੇ ਵਿੱਚ ਹੋਈ ਹੈ। ਅਰਲੀ ਅਲਰਟਸ ਚੱਲਦੀਆਂ ਪਈਆਂ ਸੀ ਲੇਕਿਨ ਟਾਈਮ ਦੇ ਅਕੋਰਡਿੰਗ ਨਹੀਂ ਸਿੱਖੀਆਂ। ਧਿਆਨ ਵਾਲੇ ਟਾਈਮ ਦੇ ਵਿੱਚ ਸਰਕਾਰਾਂ ਜ਼ਰੂਰ ਸਿੱਖ ਲਉਂਗੀਆਂ। ਸਾਡੀਆਂ ਸਰਕਾਰਾਂ ਨਾ ਪ੍ਰੋਬਲਮ ਇਹ ਹੈ, ਅੱਜ ਰੇਲਵੇ ਮਿਨਿਸਟਰੀ ਵੀ ਨੂੰ ਵੀ ਕੁਐਸਚਨ ਆਊਟ ਕੀਤਾ ਗਿਆ ਕਿ ਤੁਹਾਡੇ ਪਿਛਲੇ 6 ਮਹੀਨਿਆਂ ਦੇ ਵਿੱਚ 15 ਐਕਸੀਡੈਂਟ ਹੋ ਚੁੱਕੇ ਹਨ, ਤੁਹਾਡੀ ਕੀ ਕਾਰਵਾਈ ਆ। ਉਹ ਕਹਿੰਦੇ ਜੀ ਅਸੀਂ ਟਰੈਕਿੰਗ ਇੱਕ ਰਿਕਾਰਡ ਬਣਾਤਾ, ਤੁਸੀਂ ਪਿਛਲੇ 30 ਸਾਲਾਂ 'ਚ ਕਿਹਨੇ ਬਣਾਇਆ, ਫਿਰ ਕਹਿੰਦੇ 50 ਸਾਲਾਂ 'ਚ ਬਣਾਇਆ। ਇਸੇ ਤਰ੍ਹਾਂ ਦਾ ਨੈਰੇਟਿਵ ਚੱਲਦਾ ਰਹੂਗਾ ਤਾਂ ਅਗਰ ਦੇਖਿਆ ਜਾਵੇ ਅਕਾਊਂਟੇਬਿਲਟੀ ਅਤੇ ਕੰਸਰਨ ਜਿਹੜੀ ਟੈਕਨੋਲੋਜੀ ਦੀ ਗੱਲ ਕਰ ਰਹੇ ਹਾਂ ਉਸ ਤਰ੍ਹਾਂ ਦੀ ਨਹੀਂ ਹੁੰਦੀ। ਹੁਣ ਰਾਜਧਾਨੀ ਦੀ ਗੱਲ ਕੀਤੀ ਜਾਵੇ, ਰਾਜਧਾਨੀ ਦੀ ਆਪਾਂ ਗੱਲ ਕਰਦੇ ਰਹਿੰਦੇ ਹਾਂ ਤੁਹਾਡੇ ਸਾਹਮਣੇ। ਆ ਬੱਚੇ ਜਿਨ੍ਹਾਂ ਨੇ ਕਿਸੇ ਨੇ IAS ਬਣਨਾ, ਕਿਸੇ ਨੇ ਮੈਜਿਸਟਰੇਟ ਬਣਨਾ, ਕਈਆਂ ਨੇ ਜੱਜਿਸ ਬਣਨਾ, ਕਈਆਂ ਨੇ ਫੋਰਨ ਸਰਵਿਸਿਸ ਵਿੱਚ ਪਾਰਟੀਸਪੇਟ ਬਣਨਾ, ਕਈਆਂ ਨੇ ਪੋਲੀਟੀਕਲ ਐਡਵਾਈਜ਼ਰਸ ਬਣਨਾ, ਬੜੇ ਬੜੇ ਪੋਲੀਟੀਕਲ ਲੀਡਰਸ ਦੇ ਜਿਨ੍ਹਾਂ ਨੇ ਕਰਾਉਣਾ, ਕਈਆਂ ਨੇ ਪਲੈਨਿੰਗ ਕਮਿਸ਼ਨ ਨੀਤੀ ਆਯੋਗ ਦੇ ਹੈਡਸ ਬਣਨੇ, ਜਿਨ੍ਹਾਂ ਨਾਲ ਸਾਡੀ ਇਕਨੋਮਿਕ ਜਿਹੜੀ ਪੋਜੀਸ਼ਨ ਹੈਗੀ ਹੈ ਇੰਡੀਆ ਦੀ ਸੁਧਰ ਸਕਦੀ ਹੈਗੀ। ਅੱਜ ਉਹ ਪ੍ਰੋਟੈਸਟ ਕਰ ਰਹੇ ਹਾਂ, ਮੀਂਹ ਦੇ ਵਿੱਚ ਬੈਠੇ, ਮੀਂਹ ਦੇ ਵਿੱਚ ਬੈਠੇ ਪ੍ਰੋਟੈਸਟ ਕਰ ਰਹੇ ਹਾਂ ਕਿ ਸਾਡੀ ਜਾਨ ਦੀ ਕੋਈ ਕੀਮਤ ਵੀ ਹੈਗੀ ਹੈ। ਅਸੀਂ ਲਾਅ ਦੇ ਲਾਅ ਅਬਾਈਡਿੰਗ ਸਿਟੀਜਨਸ ਬਣ ਰਹੇ ਹਾਂ, ਅਸੀਂ ਲਾਅ ਨੂੰ ਚਲਾਉਣਾ, ਲਾਅ ਨੂੰ ਇੰਪਲੀਮੈਂਟ ਕਰਵਾਉਣਾ, ਤਾਂ ਸਾਡੇ ਵਾਸਤੇ ਲਾਅ ਨਹੀਂ ਇੰਪਲੀਮੈਂਟ ਕਿਉਂ ਨਹੀਂ ਹੋਇਆ। ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ, Y Media।